ਗਰਮੀ ਬਹੁਤ ਜ਼ਿਆਦਾ, ਤੁਸੀਂ ਦੇਖ ਸਕਦੇ ਜੀ ਸਾਡੇ ਜੀ ਦੇਖ ਲਓ ਇੰਨੇ ਰੋਟੀ ਖਾ। ਅਚਾਨਕ ਹੀ ਮੇਰੀ ਤਬੀਅਤ ਖਰਾਬ ਹੋ ਗਈ, ਅਚਾਨਕ ਹੀ ਤਬੀਅਤ ਖਰਾਬ, ਫਲੂ ਹੋ ਗਿਆ, ਬੁਖਾਰ ਹੋ, ਸਿਰ ਦਰਦ ਹੋ ਗਈ, ਅਚਾਨਕ ਪਤਾ ਨਹੀਂ ਕਿਆ ਮਸਲਾ ਬਣਿਆ। ਗਰਮੀ ਇਸਾ ਤੇ ਕਰ ਨਹੀਂ ਸਕੀ ਤੇ ਮੈਂ ਕਿਹਾ ਚਲ ਇਹਨਾਂ ਦੇ ਪਿੱਛੇ ਨਾ ਰੇਤ ਫੱਟੀ ਕਰ ਲਵਾਂ, ਥੋੜ੍ਹੀ ਬਹੁਤ ਹੈਲਪ ਹੋ ਜਾਏਗੀ। ਅਸੀਂ ਇਹ ਖਰਾਬ ਹੋਣ ਦੇ ਆਉਣ ਤੋਂ ਇਹ ਨਹੀਂ ਹੋਣਾ, ਮੈਂ ਤਾਂ ਹੀ ਢਾਣ ਡਈ ਹਾਂ ਕਿਉਂਕਿ ਰੇਤਾਂ ਢਾਣ ਨਾਲ ਨਾ ਜਿਹੜੀ ਜ਼ਮੀਨ ਆ ਬਿਲਕੁਲ ਨੀਟ ਹੋ ਜਾਂਦੀ ਆ, ਕਾਰਪੇਟ ਬਣ ਜਾਂਦੀ, ਗੇਟ ਫਿਰ ਸਾਫ਼ ਸੁਥਰੀ ਨਿਕਲਦੀ ਆ, ਬਹੁਤ ਪਿਆਰੀ। ਬਹੁਤ ਮੁਸ਼ਕਿਲ ਕੀ ਚਲੇਗਾ ਇੱਥੇ, ਮੈਂ ਡਿੱਗੇਗਾ ਡਿੱਗੇਗਾ ਡਿੱਗੇਗਾ। ਕਾਕਾ ਵੀ ਆਇਆ ਆਵਾਜ ਨਾਲ ਮੇਰੇ, ਸ਼ਾਨ ਥੱਕ ਗਿਆ ਹੁਣ ਸਾਹ ਲੈਣ ਡਿਆ, ਫਾਰਮ ਮਿੱਟੀ ਸੁੱਟਣ ਡਿਆ ਗਾਰਾ ਰੇੜੇ ਤੇ। ਜਦੋਂ ਇੱਟਾਂ ਕੱਢਦੇ ਨੇ ਨਾ ਬਾਅਦ ਚ ਸੱਚੇ ਨੇ ਤਾਂ ਸਾਫ ਕਰਦੇ ਨੇ, ਕਿਉਂਕਿ ਸਾਫ ਨਾ ਕਰੋ ਤਾਂ ਫਿਰ ਇੱਟ ਖਰਾਬ ਨਿਕਲਦੀ, ਤਾਂ ਹੀ ਫਿਰ ਅੱਛੇ ਤਰੀਕੇ ਨਾਲ ਸਾਫ ਕਰਦੇ ਨੇ। ਤੁਸੀਂ ਦੇਖਦੇ ਸਾਰੀ ਮਿੱਟੀ ਲਾਉਣ ਡੇ ਨੇ, ਸੱਚਾ ਸਾਫ ਹੋ ਗਿਆ, ਸਾਫ ਹੋ ਗਿਆ ਬਿਲਕੁਲ, ਇੱਟ ਵੀ ਹੁਣ ਨੀਟ ਨਿਕਲੇਗੀ। ਨਾਲ ਹੀ ਜੀ ਖੁਰਚਨ ਬਣਾਈ ਦੀ ਇਹਦੇ ਨਾਲ ਕਰਦੇ ਨੇ ਸਾਫ, ਗੁਲਫਾਮ ਸਬਾਨ ਪਾਣੀ ਪੀਣ ਡਿਆ ਵਾ, ਇੱਥੇ ਗਰਮ ਹੋ ਜਾਂਦਾ ਪਾਣੀ। ਕੰਮ ਅਸੀਂ ਲਿਖਾ ਜਿੱਤੇ ਲੱਗੇ ਹੋਏ ਕੰਮ ਤੇ ਜੀ, ਕੰਮ ਕੀਤੀ ਕਰੇ ਆ, ਟਾਈਮ ਕਾਫੀ ਹੋ ਗਿਆ ਤੇ ਇੰਨਾ ਸਾਡਾ ਕੰਮ ਰਹਿ ਗਿਆ, ਇਹ ਥੋੜਾ ਜਿਹਾ ਰਹਿ ਗਿਆ ਤੇ ਇੰਨੀ ਕੁ ਸੈੱਟ ਬਣਾ ਲਈਏ। ਸ਼ਾਹ ਸਾਹਿਬ ਤੱਕ ਇਸ ਟਾਈਮ ਬੈਠਾ ਹੋਇਆ, ਸਾਹ ਚੜ ਜਾਂਦਾ ਹੈ, ਬੱਚੇ ਅੜਨਾ ਤਾਂ ਗੱਲੋਂ ਤੇ ਅੱਲਾ ਖੈਰ ਰੱਖੀ, ਸਾਰੀ ਆਵਾਮ ਲੱਗੀ ਹੈ, ਬੱਚਿਆਂ ਤੁਸੀਂ ਖੇਡ ਦੇਖ ਲਓ ਤੇ ਬੇਗਮ ਸਾਨੂੰ ਕਹਿ ਰਹੀ ਹੈ ਵੀ ਰੋਟੀ ਤੁਸੀਂ ਪੱਕੀ ਵੀ ਰੋਟੀ ਖਾ ਲਓ, ਮੈਂ ਇੱਕ ਕੰਮ ਕਰਕੇ ਨਾ ਫਿਰ ਰੋਟੀ ਖਾ ਲਵਾਂ, ਦੁਪਹਿਰ ਦੀ ਰੋਟੀ ਫਿਰ ਤਿਆਰ ਹੋ ਜਾਂਦੀ ਜੀ, ਅਸੀਂ ਹੁਣ ਸਾਰੇ ਕੰਮ ਤੇ ਆ ਜਾਂਦੇ, ਦੁਪਹਿਰ ਦੀ ਰੋਟੀ ਤਿਆਰ ਹੋ ਜਾਂਦੀ ਹੈ ਤੇ ਜਦ ਰੋਟੀ ਹੁਣ ਖਾਵਾਂਗੇ ਤੇ ਤਿੰਨ ਪਾਈ ਰਹਿ ਗਈਆਂ ਲੱਗ ਗਈਆਂ ਸਾਡੀ ਇੱਕ ਬਟਨ ਦੀ, ਤੇ ਵੇਖਿਆ ਸਰ ਰੋਟੀ ਕਿਆ ਬਣਾਇਆ ਅੱਜ। ਹਾਂਜੀ ਸਰਫਾ ਬਹੁਤ ਬੇਗਮ ਸਭ ਕਰਦੀ, ਰਾਤ ਸਾਲਾਂ ਨੇ ਇੰਨੇ ਕਾ ਖਰਾਬ ਨਹੀਂ ਹੋ ਜਾਵੇ, ਸਾਨੂੰ ਰਾਤ ਉਹ ਦੇਵੇਗੀ ਅਤੇ ਅੱਲਾ ਖੈਰ ਰੱਖੇ, ਉਹ ਦਿਨ ਨਾਲ ਨਾਲ ਆਸਤਾ ਆਸਤਾ ਵੀਡੀਓ ਸਾਰੇ ਦਿਨ ਬਣਾਵਾਂਗੇ, ਛੋਟੀ ਛੋਟੀ ਬਣਾਵਾਂਗੇ, ਉਹ ਸਾਡੀ ਵੀਡੀਓ ਹੋਣੀ ਸ਼ਾਮ ਦੀ ਜੀ, ਸ਼ਾਮ ਦੀ ਸਾਡੀ ਵੀਡੀਓ ਹੋਵੇਗੀ, ਸ਼ਾਮ ਦੀ ਰੂਟੀਨ ਹੋਏਗੀ, ਕੰਮ ਅਸੀਂ ਕਿਤੇ ਕਰ ਟਾਈਮ ਕਾਫੀ ਹੋ ਗਿਆ, ਅਸੀਂ ਜਾਂਦੇ ਹਾਂ। ਇਹ ਦੇਖੋ ਮੇਰੇ ਬੱਚੇ ਮਿੱਟੀ ਨੇ ਮਿੱਟੀ ਹੋਣ ਡੇ ਜੀ, ਅੱਲਾ ਪਾਕ ਸਾਨੂੰ ਇੱਕ ਅੱਛਾ ਕੰਮ ਦੇਵੇਗਾ, ਸਾਫ਼ ਸੁਥਰਾ ਦੇਵੇਗਾ, ਅਸੀਂ ਅੱਛਾ ਇਹ ਕੰਮ ਕਰਾਂਗੇ ਤੇ ਚਲੋ ਰੱਬ ਖੈਰ ਕਰੇਗਾ ਜੀ। ਤੁਸੀਂ ਤੁਹਾਡੀ ਤਬੀਅਤ ਮੈਡੀਸਨ ਲਈ ਤੀ ਨਹੀਂ ਲਈ? ਬੇਗਮ ਸਾਹਿਬ ਨਾ ਤਬੀਅਤ ਕਾਫੀ ਖਰਾਬ ਹੈ, ਕੋਈ ਜਰਕਾਨ ਦਾ ਬੜਾ ਮਸਲਾ ਹੈ ਤੇ ਅੱਜ ਤੁਹਾਨੂੰ ਜੁੱਤੀ ਕਿਸੇ ਦੀ ਮੰਗ ਕੇ ਪਾ ਕੇ ਲਾਈਏ, ਜੁੱਤੀ ਤਾਂ ਸਰ ਜੁੱਤੀ ਇੱਕ ਬੇਗਮ ਟੁੱਟੀ ਹੋਈ ਹੈ ਤੇ ਜੁੱਤੀ ਟੁੱਟੀ ਕਿਸਮੇ ਨਾ ਜੁੱਤੀ ਦੀ ਗੁੰਜਾਇਸ਼ ਨਹੀਂ ਬਣਦੀ, ਜੁੱਤੀ ਅਸੀਂ ਲੈ ਲਈਏ ਤੇ ਪੈਸੇ ਤਾਂ ਮਾਸ਼ਾ ਅੱਲਾ ਜਿਹੜੀ ਦਿਹਾੜੀ ਕਰਨੀ ਪੈਸੇ ਤਾਂ ਆਉਂਦੇ ਹਨ, ਬਾਅਦ ਮਾਲੇ ਕੱਟ ਦਿੰਦਾ ਸਾਨੂੰ ਮਿਲ ਜਾਂਦਾ, ਲੇਕਿਨ ਨੰਦੀ ਦਵਾਈ ਲੈਣੀ ਹੁੰਦੀ ਹੈ, ਬੇਟੀ ਦੀ ਦਵਾਈ ਲੈਣੀ ਹੁੰਦੀ ਹੈ, ਜਿਹੜੇ ਪੈਸੇ ਕਮਾਉਂਦੇ ਹਨ ਉਹ ਕਾਫੀ ਦਵਾਈ ਦਾ ਸਾਰਾ ਖਰਚਾ ਹੋ ਜਾਂਦਾ, ਰਾਸ਼ਨ ਲਾ ਦਿੰਦਾ, ਲੇਕਿਨ ਅੱਲਾ ਪਾਕ ਕਰਮ ਕਰੇਗਾ ਸਾਰੇ ਕੰਮ ਸਾਥ।
ਕਰਦੇ ਹਾਂ ਅਤੇ ਚੇਲਾ ਖੈਰ ਕਰਦਾ, ਤੁਸੀਂ ਫਿਰ ਇੱਦਾਂ ਕਰੋ, ਅਸੀਂ ਥੋੜ੍ਹਾ ਕੰਮ ਰਹਿ ਗਿਆ, ਅਸੀਂ ਆਉਂਦੇ ਹਾਂ, ਤੁਸੀਂ ਸ਼ਾਮ ਦੀ ਵੀ ਆਂਡੀ ਰੋਟੀ ਕਰਨੀ ਹੈ ਅਤੇ ਦੁਪਹਿਰ ਦੀ ਵੀ, ਅਤੇ ਤੁਸੀਂ ਫਿਰ ਚਲੇ ਜਾਓ, ਸਕੂਨ ਕਰੋ, ਕਿਉਂਕਿ ਪੱਖਾ ਵੀ ਨਹੀਂ ਹੈ ਨਾ ਆਪਣੇ ਕੋਲ, ਹੈ ਉਹ ਕਿਹੜਾ ਠੰਡਾ ਪੱਖਾ ਹੁੰਦਾ, ਦੂਸਰਾ ਖਰਾਬ ਹੋਇਆ ਹੈ, ਬੇਗਮ ਦੀ ਬਹੁਤ ਦਿਲ ਦੀ ਖੁਆਇਸ਼ ਹੈ ਔਰ ਬੇਟੀ ਦੀ, ਜੋ ਪੱਖਾ ਲਈਏ, ਚਲ ਅੱਲਾ ਪਾਕ ਬਿਹਤਰ ਕਰੇਗਾ, ਉਹ ਪੱਖਾ ਪਾ ਲੈ ਲੈਣਗੇ ਆਸਤਾ, ਮੇਰੀ ਬੱਚੀ ਆਉਂਦੀ ਸਵੇਰਾ, ਮੰਮਾ ਮੰਮਾ ਉਹਨਾਂ ਨੇ ਜਿਹੜਾ ਪਾਣੀ ਨਹੀਂ ਪਾਏ ਦਾ ਉਹ ਚੱਲਦਾ ਵਾ ਕੂਲਰ, ਮੰਮਾ ਉਹ ਹੈਗਾ ਵਾ, ਆਪਾਂ ਵੀ ਲੈ, ਚਲੋ ਕੋਈ ਨਹੀਂ, ਬੇਟਾ ਆਪਾਂ ਹੀ ਲੈ ਲਾਂਗੇ, ਆਪਾਂ ਵੀ ਲੈ ਲਾਂਗੇ, ਕਿਉਂਕਿ ਏਅਰ ਕੂਲਰ ਅਸਾਂ ਲੈਣਾ ਇਨਸ਼ਾ ਅੱਲਾ ਲਵਾਂਗੇ, ਤੇ ਚਲੋ ਤੁਹਾਨੂੰ ਘਰ ਦੇ ਫਿਰ ਜਾ ਕੇ ਰੋਟੀ ਵੀ ਖਾਈ ਲੈ, ਸਾਰੇ ਵੀ ਖਾਈ ਲੈ, ਨਾਲ ਰਹਿਣਾ ਸਾਥ ਰਹਿਣਾ ਜੀ, ਇਮਰਾਨ ਤੇ ਸ਼ਾਨ ਕੰਮ ਕਰਨ ਡੇ ਨੇ, ਬਸ ਅੱਜ ਮੈਂ ਨਹੀਂ ਲੱਗੀ, ਮੇਰੀ ਤਬੀਅਤ ਨਹੀਂ ਸਹੀ, ਮੈਂ ਕਿਹਾ ਚਲੋ ਤੁਸੀਂ ਕਰ ਲਵੋ, ਪਾਣੀ ਦੇਣ ਆਏ ਸਾਂ, ਮੈਂ ਕਿਹਾ ਦੇਖ ਲਵਾਂ ਕਿੰਨਾ ਕੰਮ ਰਹਿ ਗਿਆ ਵਾ, ਦੋਨੇ ਕਰਨ ਡੇ ਨੇ, ਦੇਖ ਲਓ ਇੱਦਾਂ ਪੇੜੀ ਬਣਦੀ, ਪੇੜੀ ਗਈ ਸੱਚੇ ਵਿੱਚ, ਮਾਸ਼ਾ ਅੱਲਾ ਕਿੰਨੀ ਪਿਆਰੀ ਉੱਠੀ, ਅਸੀਂ ਆ ਗਿਆ ਜੀ, ਦੁਪਹਿਰ ਦਾ ਟਾਈਮ ਹੈ ਅਤੇ ਕੰਮ ਕਰਕੇ ਉਹਨੂੰ ਭੁੱਖ ਲੱਗੀ ਸੀ, ਅਤੇ ਬੇਗਮ ਸਾਹਿਬ ਨੇ ਕਿਹਾ ਕੋਈ ਚੀਜ਼ ਬਣਾ ਲਓ, ਅਤੇ ਬੇਗਮ ਸਾਹਿਬ ਕੋਈ ਚੀਜ਼ ਬਣਾਉਣ ਤੋਂ ਨਹੀਂ ਜੀ, ਦੇਖਦੇ ਕਿਆ ਬਣਾ ਰਹੀ ਹੈ, ਚਲੋ ਆਓ, ਗਰਮੀ ਬਹੁਤ ਅਤੇ ਬੇਗਮ ਸਾਹਿਬ ਲੱਗੀ ਹੈ ਜੀ, ਹਾਂਜੀ ਬੇਗਮ ਸਾਹਿਬ ਕਿਆ ਬਣਾ ਰਹੇ ਹੋ, ਸੇਮੀਆਂ ਬਣ ਰਹੀਆਂ ਸਾਡੀਆਂ, ਅਸੀਂ ਨਾ ਕੰਮ ਤੋਂ ਹਾਲੇ ਹੁਣੇ ਆਏ ਸੀ, ਕੰਮ ਕਾਰ ਕਰਨ ਪਤਾ ਹੀ ਹੈ, ਅਤੇ ਬੇਗਮ ਸਾਹਿਬ ਸੇਵੀਆਂ ਬਣਾ ਰਹੀ ਹੈ, ਅਤੇ ਸੇਵੀਆਂ ਖਾਂਦੇ ਹਾਂ ਜੀ, ਥੋੜ੍ਹੀ ਬੁੱਟੀ ਭੁੱਖ ਮਾਰਨੀ ਹੈ, ਅਤੇ ਫਿਰ ਸ਼ਾਮ ਦੀ ਹਾਂਡੀ ਰੋਟੀ ਕਰੇਗੀ ਅਤੇ ਰੋਟੀ ਖਾ ਲਾਂਗੇ, ਲੇਕਿਨ ਇਹ ਵੀ ਮੇਰਾ ਤੋਂ ਕਿੱਥੋਂ ਪੈਸਿਆਂ ਨੇ ਲੈ ਕੇ ਆਉਂਦੀ ਕਿ ਸਾਰੀਆਂ ਲੈ ਕੇ ਆਉਂਦੀਆਂ, ਆਪਣੀ ਬੇਗਮ ਦਵਾਈ ਮੈਂ ਲੈਣਾ, ਕੋਈ ਬੇਟੀ ਦਵਾਈ ਲੈਣਾ, ਨਾਲ ਨਾਲ ਹੀ ਪ੍ਰੋਗਰਾਮ ਕਰੇਗਾ, ਚਲੋ ਸੇਵੀਆਂ ਬੰਨੇ ਖਾਣੇ ਤੇ ਸਾਡੇ ਨਾਲ ਰਹਿਣਾ, ਸ਼ਾਹਰ ਸਾਹਿਬ ਨੂੰ ਸੇਵੀਆਂ ਬੜੀਆਂ ਪਸੰਦ ਹੈ, ਸ਼ਾਹਰ ਸਾਹਿਬ ਤਾਂ ਪਤੀਲੀ ਲੈ ਕੇ ਪਿਆ ਹੋਇਆ ਜੀ, ਸੇਵੀਆਂ ਖਾਣ ਡਿਆ, ਔਰ ਸਵੇਰਾ ਵੀ ਬਿਲਾਸ ਰੁੱਸ ਹੋਇਆ, ਸੁਬਾਨ ਸਾਹਿਬ ਵੀ ਖਾਣ ਡਿਆ, ਮਾਸ਼ਾ ਸੇਵੀਆਂ ਤਿਆਰ ਹੋ ਗਈਆਂ, ਅਤੇ ਬੇਗਮ ਸਾਹਿਬ ਸੇਵੀਆਂ ਪਕਾ ਕੇ ਲਾਈ, ਪੱਕੇ 'ਤੇ ਬੈਠੀ ਹੈ, ਸਾਡਾ ਪੱਖਾ ਵੀ ਬੜਾ ਮੱਠਾ ਵੰਡ ਚੱਲਦਾ ਪਿਆ, ਸਵੇਰਾ ਕਹਿੰਦੀ ਹੈ ਵੀ ਏਅਰ ਕੂਲਰ ਹੋਵੇ, ਠੰਡਾ ਪਾਣੀ ਤਾਂ ਮੈਂ ਦੇਖ ਚੱਲਦਾ ਰਹੇ, ਅਤੇ ਬਾਕੀ ਸੇਵੀਆਂ ਖਾਂਦੇ ਪੱਕਾ ਚੱਲਿਆ, ਕੰਮ ਤੋਂ ਬਾਅਦ ਨੀਂਦ ਆਈ ਹੋਈ, ਬਾਗ ਉੱਡੇ ਹੋਏ, ਅਤੇ ਬਕਾਇਦਾ ਨਾਲ ਸਾਡੇ ਦਾਦਾ, ਦੇਖ ਲਓ ਜੀ ਬੱਦਲ ਖੂਬ ਬਣਿਆ ਜੀ, ਕਾਲਾ ਸ਼ਾਹ ਬੱਦਲ ਚੜਿਆ ਸੀ ਸਾਹਮਣੇ, ਦੇਖ ਲਓ ਬਹੁਤ ਹੀ ਬੱਦਲ ਆਇਆ, ਬਾਰਿਸ਼ ਆਉਣ ਦੇ ਚੱਕਰ 'ਚ, ਅਤੇ ਇਹੋ ਜਿਹਾ ਬੱਦਲ ਦੇਖਿਆ ਨਹੀਂ ਕਦੀ, ਅੱਲਾਹ ਖੈਰ ਕਰੇ, ਅਤੇ ਅੱਲਾਹ ਖੈਰ ਰੱਖੇਗੇ, ਬਾਰਿਸ਼ ਤੇ ਰੱਬ ਦੀ ਰਹਿਮਤ ਹੁੰਦੀ ਹੈ ਜੀ, ਬਾਰਿਸ਼ ਤੇ ਰੱਬ ਦੀ ਰਹਿਮਤ ਹੁੰਦੀ, ਲੇਕਿਨ ਤੁਸੀਂ ਦੇਖ ਲਓ ਇੰਨਾ ਪਿਆਰਾ ਮੌਸਮ ਬਣ ਗਿਆ ਜੀ, ਠੰਡਾ ਮੌਸਮ ਬਣ, ਗਰਮੀ ਹਾਈ ਬਹੁਤ, ਅਤੇ ਸਾਹ ਸਾਹ ਤੁਸੀਂ ਅੱਲਾਹ ਖੈਰ ਰੱਖੇ, ਬਾਰਿਸ਼ ਫਿਰ ਆਵੇਗੀ, ਤੈਨੂੰ ਵੀ ਦਿਖਾਵਾਂਗੇ, ਅਤੇ ਅੱਲਾਹ ਖੈਰ ਕਰੇਗਾ ਜੀ, ਬੱਦਲ ਕਾਫੀ ਬਣਿਆ ਜੀ, ਬੱਟਰ ਸੀਨ ਤੁਸੀਂ ਦੇਖ ਲਓ, ਕਾਫੀ ਮੌਸਮ ਖਰਾਬ ਹੋ ਗਿਆ।